ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਲੱਖਾਂ ਕਰੋੜੋ ਦਰੂਦੋ ਸਲਾਮ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਤੇ ਆਪ ਦੀ ਆਲ ਤੇ ਅਸਲਾਮੁ ਅਲੈਕੁਮ ਵਰਹਿਮਤੁਲ੍ਲਾਹਿ ਵਬਰਕਾਤੋ ਨਾਜ਼ੀਨ ਮੈਂ ਉਸਨ ਮੇਜ਼ਬਾਨ ਕਸਮ ਸਿਆਦ ਪ੍ਰੋਗਰਾਮ ਅਹਵਾਲੇ ਜੇਲਮ ਦੇ ਨਾਲ ਅੱਜ ਦੇ ਹਵਾਲੇ ਜੇਲਮ ਚ ਅਸੀਂ ਗੱਲ ਕਰਾਂਗੇ ਸ਼ਾਹ ਜਹਾਨ ਚਿਸ਼ਤੀ ਰਹਿਮਤੁਲ੍ਲਾਹ ਅਲੈਦਾ ਜਾਇ ਸਲਾਨਾ ਔਰ ਸੇ ਤੇ ਇਹ ਦੇਖਿਆ ਜਾਏ ਤੇ ਇਹ ਸਰ ਜਲਾਲ ਦੇ ਮਕਾਮ ਤੇ ਹੈ ਜਿਹੜਾ ਸੁਹਾਵਾ ਦੀ ਜੇਲਮ ਦੀ ਤਸਵੀਰ ਸੁਹਾਵਾ ਸੁਹਾਵਾ ਤੋਂ ਜਿਹੜਾ ਦੇਖਿਆ ਜਾਏ ਜੀਟੀ ਰੋਡ ਤੋਂ ਤਕਰੀਬਨ ਕੋਈ 15 ਤੋਂ 16 ਕਿਲੋਮੀਟਰ ਦੀ ਦੂਰੀ ਤੇ ਕੰਨੋਟਾ ਹੈ ਤੇ ਕੰਨੋਟੇ ਦੇ ਨਾਲ ਇਹ ਸਰ ਜਲਾਲ ਦਾ ਮਕਾਮ ਹੈ ਹਰ ਸਾਲ ਇੱਥੇ ਇੱਕ ਮੇਲੇ ਦਾ ਇਨਕਾਦ ਕੀਤਾ ਜਾਂਦਾ ਹੈ ਇਸ ਮੇਲੇ ਤੇ ਜਿਹੜਾ ਨਾ ਸਿਰਫ ਬਹੁਤ ਸਾਰੀਆਂ ਸੱਭਿਆਚਾਰਕ ਖੇਡਾਂ ਦਾ ਵੀ ਇਨਕਾਦ ਕਰਵਾਇਆ ਜਾਂਦਾ ਹੈ ਤੇ ਬਹੁਤ ਸਾਰੀਆਂ ਖੇਡਾਂ ਕਿਹੜੀਆਂ ਜਾਨੀਏ ਨਿਕ ਤਿਵੇਂ 6 ਦਿਨ ਤੱਕ ਇਹ ਮੇਲਾ ਚੱਲਦਾ ਰਹਿੰਦਾ ਹੈ ਸਦੀਆਂ ਤੋਂ ਇਹ ਮੇਲਾ ਇੱਥੇ ਹੋ ਰਿਹਾ ਹੈ ਤੇ ਅੱਜ ਇਸ ਮੇਲੇ ਵਿੱਚ ਅਸੀਂ ਦੇਖਿਆ ਜਾਏ ਤੇ ਜਿਸਾਂ ਕਿ ਅੱਜ ਦਾ ਮੇਲੇ ਦਾ ਆਖਰੀ ਦਿਨ ਵੀ ਹੈ ਤੇ ਇਸ ਮੇਲੇ ਦੇ ਵਿੱਚ ਇੱਕ ਕਬੱਡੀ ਦਾ ਮੈਚ ਹੈ ਉਹ ਵੀ ਕਰਾਇਆ ਜਾ ਰਿਹਾ ਤੇ ਅੱਜ ਅਸੀਂ ਇੱਥੇ ਆਣ ਵਾਲੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਕੋਲ ਤੋਂ ਵੀ ਜਾਨਣ ਦੀ ਕੋਸ਼ਿਸ਼ ਕਰਨੇ ਆ ਕਿ ਇਸ ਮੇਲੇ ਦੇ ਬਾਰੇ ਨਾਲ ਕੀ ਕਹਿੰਦੇ ਨੇ ਆਪਣੀ ਸੱਭਿਆਚਾਰਕ ਖੇਡਾਂ ਦੇ ਬਾਰੇ ਨਾਲ ਇਨ ਰਵਾਇਤੀ ਇਥੇ ਮੇਲ ਮਲਾਪ ਐਸਨ ਬਹੁਤ ਸਾਰੇ ਲੋਕ ਇਥੇ ਮਿਲਣ ਲਈ ਆਂਦੇ ਨੇ ਬਹੁਤ ਸਾਰੇ ਜਿਹਨਾਂ ਨੂੰ ਪੂਰਾ ਪੂਰਾ ਸਾਲ ਜਾਂ ਕਿ ਵਰੇ ਤੱਕ ਜਿਹੜਾ ਇੱਕ ਦੂਜੇ ਨਾਲ ਮਿਲਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਇਥੇ ਮਿਲਣ ਦਾ ਮੌਕਾ ਮਿਲ ਜਾਂਦਾ ਹੈ ਔਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਥੇ ਅਗਰ ਦੂਰ ਦਰਦ ਤੋਂ ਲੋਕ ਵੀ ਆਂਦੇ ਨੇ ਜਾਂ ਬੇਰੂਨ ਦੇ ਮੁਲਕ ਤੋਂ ਵੀ ਲੋਕੀ ਇਸ ਮੇਲੇ ਲਈ ਆ ਜਾਂਦੇ ਨੇ ਅੱਜ ਦੇ ਇਸ ਮੇਲੇ ਦੇ ਵਾਲੇ ਨਾਲ ਤੁਹਾਨੂੰ ਦਿਖਾਣੇ ਜਿਹੜੇ ਕਬੱਡੀ ਦਾ ਮੈਚ ਹੈ ਉਹ ਵੀ ਦਿਖਾ ਰਹੇ ਹਾਂ ਮੇਲੇ ਦੇ ਰੰਗ ਵੀ ਦਿਖਾਵਾਂਗੇ ਉਹਦੇ ਨਾਲ ਦੇਖੇ ਦੇਖੇ ਜੇ ਤੇ ਅੱਜ ਦੇ ਇਸ ਤਕਰੀਬ ਦੇ ਮਹਿਮਾਨੇ ਖਸੂਸੀ ਜਿਹੜੇ ਕਬੱਡੀ ਦੇ ਮੈਚ ਤੇ ਨੇ ਜਿਹੜੇ ਇੱਥੇ ਦੇ ਜਿੰਦਾ ਦੇਖੇ ਜੇ ਤੇ ਰੁੱਕਨ ਕੌਮੀ ਅਸੈਂਬਲੀ ਬਲਾਲ ਅਜ਼ਰਕਿਆਨੀ ਐਨਐਸਏਟ ਜਿਲਮ 1 ਉਹ ਵੀ ਹੋਮ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਖਿਡਾਰੀਆਂ ਨਾਲ ਵੀ ਗੱਲਬਾਤ ਕਰੀਏ ਔਰ ਇੱਥੇ ਆਣ ਵਾਲੇ ਲੋਕਾਂ ਨਾਲ ਵੀ ਅੱਜ ਦੇ ਵਾਲੇ ਜਿਲਮ ਚ ਅਸੀਂ ਗੱਲ ਕਰ ਰਹੇ ਹਾਂ ਜਿਲਮ ਦੀ ਤਹਿਸੀਲ ਸੁਹਾਵਾ ਚਕਵਾਲ ਮੋੜ ਜੀਟੀ ਰੋਡ ਸੱਜ ਜਲਾਲ ਦੇ ਮਕਾਮ ਤੇ ਰੋਹਾਨੀ ਸ਼ਖਸੀਅਤ ਹਜ਼ਰਤ ਬਾਬਾ ਸ਼ਾਹਜਹਾਨ ਮੁਹੰਮਦ ਚਿਸ਼ਤੀ ਰਹਿਮਤੁਲ্লাহ ਹਰਾਂ ਦੇ ਮਜ਼ਾਰ ਤੇ ਤੇ ਕਈ ਵਰਿਆਂ ਤੋਂ ਇਹਨਾਂ ਦਾ ਹਰ ਸਾਲ urs ਬੂ ਅਕੀਦਤ ਤੇ ਇਤਰਾਮ ਨਾਲ ਮਨਾਇਆ ਜਾਂਦਾ ਏ ਉਸ ਦੀਆਂ ਤਕਰੀਬਾਤ ਛੇ ਦਿਹਾੜੇ ਜਾਰੀ ਰਹਿੰਦੀਆਂ ਨੇ ਤੇ ਨਾਲੇ ਇੱਥੇ ਇੱਕ ਬੂ ਵੱਡਾ ਮੇਲਾ ਵੀ ਸਜਦਾ ਏ ਮੇਲੇ ਨੂੰ ਸੱਜ ਜਲਾਲ ਦਾ ਮੇਲਾ ਵੀ ਆਖਿਆ ਜਾਂਦੇ ਐਸ ਮੇਲੇ ਨੂੰ ਵੇਖਣ ਲਈ ਨਾ ਸਿਰਫ ਉਦਰਾਡੇ ਦੇ ਇਲਾਕਿਆਂ ਤੋਂ ਲੋਕੀ ਆਉਂਦੇ ਨੇ ਬਲਕਿ ਸੁਆਵਾ ਤੇ ਇੱਥੇ ਆਲੇ ਦੁਆਲੇ ਦੇ ਪਿੰਡਾਂ ਦੀ ਬੇਨੂਨੀ ਮੂਲਿਕ ਚ ਰਹਿਣ ਵਾਲੇ ਵੀ ਇਸ ਮੇਲੇ ਨੂੰ ਵੇਖਣ ਲਈ ਆਪਣੇ ਇਲਾਕਿਆਂ ਵਿੱਚ ਆ ਜਾਂਦੇ ਖਤਾ ਪਠਵਾੜ ਦੇ ਸਕਾਫਤੀ ਰੰਗ ਤੇ ਰਵਾਇਤੀ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਪਠਵਾਰੀ ਸ਼ੇਰਖਾਨੀ ਦੇ ਮੁਕਾਬਲੇ ਵੀ ਹੁੰਦੇ ਨੇ ਤੇ ਤਿੰਨ ਨਾਲੇ ਅਤੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਲੱਗ ਜਾਂਦਾ ਏ ਪਕੌੜੇ ਸਮੋਸੇ ਜਲੇਬੀ ਮਰਹਸੇ ਬੱਚਿਆਂ ਦੇ ਖਡੋਣਿਆ ਤੇ ਹੋਰ ਬਹੁਤ ਸਾਰੀਆਂ ਛਾਵਾਂ ਦੀਆਂ ਦੁਕਾਨਾਂ ਵੀ ਸੱਜ ਜਾਂਦੀਆਂ ਨੇ ਜੇਕਰ ਇਹ ਸਜ ਜਲਾਲ ਦੇ ਮਕਾਮ ਦੀ ਗੱਲ ਇਹ ਬਹੁਤ ਤਾਰੀਖੀ ਹਮਾਇਤ ਦਾ ਹਮਲੇ ਐਤੇ ਤਾਰੀਖੀ ਮਸਜਿਦ ਪਾਣੀ ਦਾ ਤਲਾਬ ਵੀ ਹੈ ਜਦੀ ਤਾਮੀਰ 1587 ਤੇ 88 ਇਸਵੀ ਚ ਹੋਈ ਸੀ ਜਿਹੜਾ 13 ਕਨਾਲ ਹੈ ਤੇ 141 ਫੁੱਟ ਗਹਿਰਾ ਹੈ ਐਦੇ ਵਿੱਚ ਜਾਣ ਲਈ 140 ਫੁੱਟ ਤਿਕਣ ਪੂੜੀਆਂ ਬਣਾਈਆਂ ਗਿਆ ਨੇ ਇੱਕ ਪੂੜੀ ਦੀ ਉਚਾਈ 1 ਫੁੱਟ ਹੈ ਤਲਾਬ ਪਾਣੀ ਨਾਲ ਭਰ ਜਾਵੇ ਤੇ ਉਹਨੂੰ ਟੁੱਟਣ ਤੋਂ ਬਚਾਣ ਲਈ ਇੱਕ ਪੁਖਤਾ ਸਰੰਗ ਵਾਂਗੂ ਨਾਲਾ ਵੀ ਨਾਲ ਬਣਾਇਆ ਗਿਆ ਹੋਇਆ ਹੈ ਇਸ ਤਲਾਬ ਜਿੱਤੇ ਹੁਣ ਸਾਫ ਪਾਣੀ ਤੇ ਨਹੀਂ ਰਿਹਾ ਪਰ ਕਮਲ ਦੇ ਫੁੱਲ ਅੱਜ ਵੀ ਇੱਥੇ ਨਜ਼ਰ ਆਉਂਦੇ ਨੇ ਤੇ ਨਾਲੇ ਇੱਥੇ ਇੱਕ ਸ਼ਾਈ ਫਰਵਦਗਾ ਵੀ ਸੀ ਜਿਹੜੀ 1590 ਵਿੱਚ ਬਣਾਈ ਗਈ ਸੀ ਜਿਦੇ ਹੁਣ ਸਿਰਫ ਇੱਥੇ ਅਸਾਰ ਹੀ ਰਹਿ ਗਏ ਨੇ ਤੇ ਨਾਲੇ ਅਸੀਂ ਗੱਲ ਕਰ ਰਹੇ ਹਾਂ ਸਰ ਜਲਾਲ ਦੇ ਸਕਾਫਤੀ ਮੇਲੇ ਦੀ ਸਾ ਜਲਾਲ ਦੇ ਮੇਲੇ ਦੀ ਸਕਾਫਤੀ ਤੇ ਰਵਾਇਤੀ ਖੇਡਾਂ ਦੀ ਤੇ ਅੱਜ ਇੱਥੇ ਕੋਡੀ ਦਾ ਮੈਚ ਵੀ ਕਰਾਇਆ ਜਾ ਰਿਹਾ ਹੈ ਤੇ ਇਸ ਤਕਰੀਬ ਦੇ ਮਹਿਮਾਨੇ ਖਸੂਸੀ ਰੁਕਨ ਕੋਮੀ ਅਸੈਂਬਲੀ ਹਲਕਾ ਐਨ 66 ਜੇਲਮਵਾਨ ਬਲਾਲ ਅਜ਼ਰਕਿਆਨੀ ਹੋਰੀ ਨੇ ਮਹਿਮਾਨੇ ਖਸੂਸੀ ਹੋਰਾਂ ਨੂੰ ਚਕਵਾਲ ਮੋੜ ਸੁਹਾਵਾ ਜੀਟੀ ਰੋਡ ਤੋਂ ਲੈ ਕੇ ਖੇਤ ਦੇ ਮੈਦਾਨ 'ਤੇ ਖਰਫੁੱਲਾਂ ਦੀਆਂ ਪੱਤੀਆਂ ਤੇ ਡੋਲਦੇ ਨਾਲ ਜੀ ਆਇਆਂ ਨੂੰ ਆਖਿਆ ਗਿਆ। ਕੋਡੀ ਦਾ ਮੈਚ ਆਪਣੇ ਪੂਰੇ ਜੋਬਨ ਦੇ ਨਾਲ ਜਾਰੀ ਸੀ। ਖਿਡਾਰੀ ਇੱਕ ਦੂਜੇ ਨੂੰ ਮਾਰ ਦੇਣ ਲਈ ਬੇਚੈਨ ਸਨ ਤੇ ਕੋਈ ਬਚ ਕੇ ਆਇਆ ਤੇ ਕੋਈ ਦੂਜੇ ਦੇ ਵਾਰੇ ਵਿੱਚ ਫੜਿਆ ਵੀ ਗਿਆ। ਜਿਵੇਂ-ਜਿਵੇਂ ਮੈਦਾਨ ਦੇ ਵਿੱਚ ਖਿਡਾਰੀ ਬਿਜਲੀ ਤੇ ਬੱਦਲ ਵਾਂਗੂ ਇੱਕ ਦੂਜੇ ਤੇ ਘਰਜ ਪਰਸ ਰਹੇ ਤੇ ਉੱਥੇ ਹੀ ਰਬ ਦੀ ਰਹਿਮਤ ਨੇ ਜੋਸ਼ ਮਾਰਿਆ ਤੇ ਅਚਨਕ ਹੀ ਮੀਂਹ ਵਰਸਣਾ ਸ਼ੁਰੂ ਹੋ ਗਿਆ। ਨਾਜ਼ਰੀਨ ਜਿਸ ਸੰਗੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਅੱਜ ਦਾ ਹਵਾਲੇ ਜਿਲਮ ਤੇ ਅੱਜ ਦੇ ਹਵਾਲੇ ਜਿਲਮ ਚ ਅਸੀਂ ਗੱਲ ਕਰ ਰਹੇ ਹਾਂ ਮੇਲੇ ਦੇ ਹਵਾਲੇ ਨਾਲ ਜਿਹੜਾ ਕਨੋਟਾ ਦੇ ਮਕਾਮ ਤੇ ਹੈ ਤੇ ਐਸੇ ਅਸੀਂ ਮੌਜੂਦ ਹਾਂ ਤੇ ਅਸ ਮੇਲੇ ਤੇ ਤੇ ਦੇ ਨਾਲ ਨਾਲ ਦੇਖਿਆ ਜਾਏ ਤੇ ਇੱਥੇ ਸਕਾਫਤੀ ਖੇਡਾਂ ਵੀ ਖੇਡੀਆਂ ਜਾ ਰਹੀਆਂ ਦੇ ਇਸ ਵੇਲੇ ਸਾਡੇ ਨਾਲ ਜਵਾਨ ਮੌਜੂਦ ਹਸੀਨ ਨਾਲ ਗੱਲਬਾਤ ਕਰਨੇ ਹੋਰ ਇਹਨਾਂ ਕੋਲ ਅਸੀਂ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਇਹ ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕੀ ਕਹਿਣਾ ਚਾਹਣਗੇ ਅੱਜ ਦੇ ਇਸ ਤੇ ਮੇਲੇ ਨੇ ਵਾਲੇ ਨਾਲ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਕੀ ਨਾਮ ਹੈ ਸੋਨਾ ਤੋਂ ਔਰ ਕਿਸ ਜਗ੍ਹਾ ਤੋਂ ਆਏ ਹੋ ਔਰ ਕੀ ਕਹਿਣਾ ਚਾਹੋਗੇ ਤੁਸੀਂ ਨਾ ਮੇਰਾ ਨਾਮ ਮੁਮਤਾਸ ਫਤਿਹ ਅਸੀਂ ਇੱਥੇ ਸਾਥੀ ਗਰਾਨੇ ਜੰਡਾ ਮਹਿਰਤੂ ਆਏ ਆ ਤੇ ਇਸ ਬਾਬਾ ਸ਼ਾਹ ਜਾਨ ਚਿਸ਼ਤੀ ਦਾ ਮੇਲਾ ਹੈ ਤੇ ਹਰ ਸਾਲ ਇੱਥੇ ਰੌਣਕਾਂ ਲਗੀਆਂ ਰਹਿਣੀਆਂ ਤੁਸੀਂ ਕੰਮ ਕੀ ਕਰਦੇ ਹੋ ਜੀ ਮੈਂ ਕੰਮ ਸ਼ਿਟਰੰਗ ਨਾ ਕਰਨਾ ਮਜ਼ਦੂਰੀ ਮਿਹਨਤ ਹੀ ਕਾਰੀਨਾ ਹੈ ਤੇ ਤਕਰੀਬਨ ਹਰ ਮੇਲੇ ਤਾਂ ਇੱਥੇ ਸ਼ਿਰਕਤ ਕਰੀਨਾ ਹੈ ਤਾਂ ਉਹਨਾਂ ਸਾੜ ਨਾਲ ਸਾਡੇ ਭਾਈ ਚੌਧਰੀ ਸ਼ਮੀਰ ਸਾਹਿਬ ਚੌਧਰੀ ਨਮਾਨ ਸਾਹਿਬ ਤੇ ਚੌਧਰੀ ਸੁਨਾ ਇਹਨਾਂ ਨੇ ਇਕਜਾਤ ਸੀ ਕੇ ਤੁਸੀਂ ਵਲੀਆਂ ਨੇ ਨਾ ਨੇ ਕੋਈ ਇੱਕ ਦੋ ਸ਼ੇਰ ਪੜੋ ਤੇ ਮੈਂ ਆਖਿਆ ਚਲੋ ਅੱਜ ਰੀਤ ਲਗਵਾ ਦੇਨੇ ਅਸਾਂ ਵੀ ਬਿਲਕੁਲ ਜੀ ਤੁਸੀਂ ਆਪਣਾ ਕਹਿ ਰਹੇ ਕਿ ਵਲੀ ਨੇ ਦਰ ਤੇ ਖੜੇ ਹੋ ਤੁਸੀਂ ਤਾਂ ਵਲੀਆਂ ਨੇ ਨਾਂ ਦੇ ਅਗਰ ਕੁਝ ਸ਼ੇਅਰ ਪੜ ਸਕਦੇ ਹੋ ਤਾਂ ਤੁਸੀਂ ਜਨਾਬ ਬਿਲਕੁਲ ਹੋ ਜੀ ਤੁਸੀਂ ਪੜ ਸਕਨੇ ਹੋ ਸਹੀ ਹੈ ਠੀਕ ਹੈ ਜਨਾਬ ਸ਼ੇਅਰ ਹੈ ਕਿ ਨਾਲ ਯਕੀਨ تسلیم کریے ਨਾਲ ਯਕੀਨ تسلیم کریے ولی اللہ ਦੇ ਖਾਸ ਨਮਿੰਦੇ ਹੋ ਨੇ ਤੱਕ ਲੋ ਜੰਗਲਾਂ ਵਿੱਚ ਮੰਗਲ ਬਣਾਈ ਫਿਰਨੇ ਜਿੱਥੇ ਸਦੀਆਂ ਤੋਂ ਵਸਨੇ ਪਰਿੰਦੇ ਹੋ ਨੇ ਇੰਨਾਂ ਗੱਲਾਂ ਨੂੰ ਹੀ ਜਾਣਦੇ ਨੇ ਜਿੰਨਾ ਫੈਜ਼ ਫਕੀਰਾਂ ਤੋਂ ਕਿੰਦੇ ਹੋਨੇ ਮੁਨਕਰ ਮੰਨਨ ਮੰਨਨ ਜ਼ਮੁਰਦ ਪਾਵੇਂ ਵਲੀ ਅੱਲਾ ਮਜ਼ਾਰਾਂ ਵਿੱਚ ਜ਼ਿੰਦੇ ਹੋਨੇ ਵਲੀ ਅੱਲਾ ਮਜ਼ਾਰਾਂ ਵਿੱਚ ਜ਼ਿੰਦੇ ਹੋਨੇ ਇੱਕ ਸ਼ੇਰ ਹੈ ਕਿ ਬਾਬਾ ਜੀ ਤੁਸਾਂ ਦੀ داری ਉੱਤੇ ਦੇਵਨ ਆਜ਼ਰੀ ਪਹਿਲੀ ਮੇਵਾਰੇ ਆਇਆ ਰਲ ਕੇ ਦੋਸਤਾਂ ਨਾਲ ਪਠਵਾਰ ਵਿੱਚੋਂ ਬੜੀ ਉੱਬ ਦੇ ਨਾਲ ਤਲਬਗਾਰ ਆਇਆ ਕਰੋ ਆਜ਼ਰੀ ਮਨਜ਼ੂਰੋ ਕਬੂਲ ਸਾੜੀ ਮੰਗਤਾ ਬਾਨ ਕਹਤੇਰੇ ਦਰਬਾਰ ਆਇਆ ਖਾਲੀ ਝੋਲੀ ਲੈ ਆਇਆ ਜ਼ਮੁਰਦ ਬਾਬਾ ਪਰੋ ਝੋਲੀ ਇਹ ਅਰਜ਼ ਸਰਕਾਰ ਆਇਆ ਖੈਰਾ ਕਿ ਸਮਝ ਨਹੀਂ ਆਉਂਦੀ ਕੀ ਅੱਖਾਂ ਐਸੀ ਗੱਲ ਕੋਈ ਜ਼ਹਿਨ ਵਿੱਚ ਪਾਓ ਬਾਬਾ ਪਿਆ ਸੋਚਾਂ ਨੇ ਪਵਰ ਵਿੱਚ ਖਾਂ ਗੋਤੇ ਡੁੱਬਦੇ ਹੋਏ ਨੂੰ ਬੰਨੇ ਅਜ ਲਾਓ ਬਾਬਾ ਆਇਆ ਦਰ ਸਵਾਲੀ ਨਾ ਜਾਏ ਖਾਲੀ ਝੋਲੀ ਮੰਗਤੇ ਦੀ ਖੈਰ ਅੱਜ ਪਾਓ ਬਾਬਾ ਤੁਸਾਂ ਰੱਬ ਦੇ ਵਲੀ ਸ਼ਜਾਨ ਚਿਸ਼ਤੀ ਥੋੜੀ ਸਾੜੇ ਤਾਂ ਨਜ਼ਰ ਫਰਮਾਓ ਬਾਬਾ ਖੜੀ ਸਾੜੇ ਤਾਂ ਨਜ਼ਰ ਫਰਮਾਓ ਬਾਬਾ ਵਲੀ ਅੱਲਾ ਦੇ ਪਾਂਡਾ ਤੱਕ ਕੇ ਪਾਂਦੇ ਖੈਰ ਨੇ ਦੂਰੋਂ ਜਿਹੜਾ پاک ਘਰ ਹਰੂ ਹੋਵੇ ਪੂਰ ਕਰ ਦਿੰਦੇ ਨੂਰੋਂ ਪੂਰ ਕਰ ਦਿੰਦੇ ਨੂਰੋਂ ਫੇ ਇਮਾਨ ਅੱਲਾ ਦਾ ਹੋ ਸ਼ੁਕਰੀਆ ਜੀ ਬਿਲਕੁਲ ਜਿਸਾਂ ਗੱਲ ਕੀਤੀ ਜਾਏ ਜਿਸਾਂ ਇੱਕ ਸ਼ਾਇਰ ਦੀ ਗੱਲ ਕਰ ਰਹੇ ਸਨ ਜ਼ਮੁਰਦ ਹੋਰਾਨੀ ਤਾਂ ਉਹਨਾਂ ਦਾ ਵੀ ਤੱਲਕ ਹੀ ਸੇ ਇਲਾਕੇ ਨਾਲ ਸੀ ਤੇ ਇਸ ਵੇਲੇ ਅਸੀਂ ਅੱਗੇ ਵੀ ਬੜਦੇ ਹਾਂ ਜੀ ਮਤਲਬ ਇਹ ਲੋਕ ਆਏ ਨੇ ਉਹਨਾਂ ਨਾਲ ਸੀ ਗੱਲਬਾਤ ਕਰਨੇ ਔਰ ਉਹਨਾਂ ਕੋਲੋਂ ਸੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿੰਦੇ ਨੇ ਸਵਾਲੇ ਅਸਲਾਮੁਅਲੈਕਮ ਵਸਲਾਮ ਨਾਮ ਕੀ ਜੀ ਸੁਣਾ ਕਮਰਜ਼ਮਾਨ ਕਮਲ ਜ਼ਮਾਨ ਤੁਸੀਂ ਬਾਬਾ ਸ਼ਾਹ ਜਾਂਚੀ ਸ਼ੇਰ ਅੰਦਰਲਾ ਹੈ ਅੱਛਾ ਤੁਸੀਂ ਇੱਥੇ ਦੇਖਾ ਦਮ ਨਾ ਇਹਨਾਂ ਨੇ ਕੋਈ ਕਰਾਮਾਤ ਵਗੈਰਾ ਕੀਨ ਅਸੀਂ ਦੱਸ ਨਾ ਸਕਦੇ ਵੈਸੇ ਅੱਜ ਕੈਂਸਰ ਦੇ ਮਰੀਜ਼ ਸੁ ਠੀਕ ਹੋਣੇ ਪਏ ਦੌਰੇ ਹਾਜ਼ਰ ਜੀ ਮੰਡੀ ਬਬਲੀ ਨੇ 15 20 ਬੰਦੇ ਠੀਕ ਠਾਕ ਹੋ ਗਏ ਤੇ ਬੜੇ ਬੜੇ ਦੂਰ ਤੋਂ ਜ਼ਾਇਰੀਨ ਆਉਣੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੋ ਦਫਾ ਆਏ ਇਹ ਜਿਤਨੇ ਪੌਦੇ ਅੱਗੇ ਪਿੱਛੇ ਲੱਗੇ ਸਾਰੇ ਉਹਨਾਂ ਦੇ ਹੁਕਮ ਨਾਲ ਲੱਗੇ ਨੇ ਇਮਰਾਨ ਖਾਨ ਇੱਕ ਦਫਾ ਆਇਆ ਤੇ ਦੂਸਰੀ ਦਫਾ ਤਕਰੀਬ ਇਹ ਸ਼ੁਰੂ ਹੋਈ ਹੈ ਉਰਸ ਦੀ ਵੈਸੇ ਇੱਕੋ ਹੁੰਦੀ ਹੈ ਤੇ ਮੈਂ ਮਹਿਫਲ ਸ਼ਰਫਾਨੀ ਨਾਲ ਵੀ ਤਲਕ ਰੱਖਣਾ ਮੇਰੇ ਉਸਤਾਦ ਮਹਤਮਰ ਰਾਜਾ ਖਾਦਮ हुसैन ਅਫਗਾਨ ਔਰ ਮੇਰੇ ਪਿਆਰੇ ਦੋਸਤ ਰਾਜਾ 사जिद महमूद ਸਾਹਿਬ ਕਾਰੀਆਂ ਸੇਦੀਆਂ ਮੈਂ ਦੁਆ ਕਰਦਾ ਕਿ ਅੱਲਾਹ ਪਾਕ ਉਨ੍ਹਾਂ ਨੂੰ ਸਿਹਤ ਤੰਦਰੁਸਤੀ عطا ਕਰੇ ਉਸ ਤੋਂ ਬਾਅਦ ਰਾਜਾ ਬੇ ਸਾਹਿਬਾ ਫਮਨਾਰ ਚੌਧਰੀ ਜ਼ਫਰ ਸਾਹਿਬ ਦਾ ਪੁੱਤਰ ਜਨਾਬ ਚੌਧਰੀ ਇਸ਼ਤਿਆਕ ਸਾਹਿਬ ਮਾਰੇ ਦੋਸਤ ਇਸ ਇਲਾਕੇ 'ਚ ਬੜਾ ਫੈਜ਼ ਹੈ ਤੇ ਬੜਾ ਸਕਾਫਤੀ ਮੇਲਾ ਲੱਗਣਾ ਬੈਲ ਦੌੜ ਬਹੁਤ ਢੀ ਹੋਣੀ ਕੱਲ ਬੈਲ ਦੌੜ ਹੋਈ ਅੱਜ ਕਬੱਡੀ ਦਾ ਮੈਚ ਹੈ ਜਿਸ ਸਰਕਰ ਦੀ ਕਬੱਡੀ ਆਖਣੇ ਦੂਸਰੀ ਕਬੱਡੀ ਵੀ ਹੋਣੀ ਬੜੇ ਬੜੇ ਦੂਰ ਤੋਂ ਜ਼ਰੀਏ ਨਾ ਆਉਣੇ ਬੈਰੂਨਮ ਲੋਕ ਵੀ ਆਉਣੇ ਉਹ ਇਸ ਕੌਫੀ ਦਾ ਇਲਾਕਾ ਖਿਤਾਬ ਪਟਵਾਰਿਕ ਬਹੁਤ ਬੜੀ ਰੌਣਕਾਂ ਹੈ